चलो जी आप भी फिर अज जो मीह वाला दिन सैलीब्रेट करते हैं तो आप गुलगुले बनाने शुरू करते हैं। ये जो आटा है यह छान लिया है, हूँ आप थोड़ा जहा मिठा सोडा पावे, अद्धे चमचे तो भी घट पावे। घोलिया हुआ आप कुणके पावे, जिहड़ा हुण शाम का टाइम है जी वो 3:30 हो चुके ने। गुलगुले पका के उस तों बाद फिर तीआं विच जावांगे। अज जिहड़ा शाम की रोटी है इह गुलगुली ने, शाम नूं जे भुख लगी तो बस खिचड़ी बनूगी। उस तों बाद फिर बच्चों तीआं दिखा के लियाउणियां ने, सनाम रोज़ गार्डन दे विच तीआं लगियां होईआं ने, उत्थे बच्चों तीआं दिखाउण वास्ते लैके जाणा। जदों भी मम्मी साढ़े कोल आउंदे ने तां सानूं गुलगुले पका के दिंदे ने हर बारी। जदों भी आउण मैं इहनां तों गुलगुले पकाउणी हुंदी आं, बहुत वधिया लगदा जी पक्के पकाए गुलगुले खाण नूं मिलदे ने। फ्रेंड्स यह तेल है जिहड़ा अपना गर्म हो गया, हुण आपां इहदे विच गुलगुले पाउणे ने जिहड़े शुरू कर दित्ते ने। यह थोड़ा जिहा आटा लैके थोड़ा पानी का हाथ ला के फिर गुलगुले बनाए जाते हैं। मम्मी यह इस तरह ही गुलगुले बनाते ने। कई घर ने जोड़े गुलगुले आटे को ज़्यादा ढिला करके इस तरह कट्ठा करके बनाए जाते हैं, वो थोड़े जे गुलगुले ने गोल बनते हैं, वो थोड़ा जहा जो गुलगुले ने कच्चा रहन के चांस ज़्यादा होंगे ने। इस तरह जोड़े ये गुलगुले ने ज़्यादा वधिया बनते हैं। फ्रेंड्स जोड़े ये गुलगुले पका रहे आप, इन्हों का साइज जोड़ा बड़ा है, पिंडा इस तरह बड़े बड़े गुलगुले पकाए जाते हैं। जदों भी मीह पैंदा पंजाब दे विच तां इह खीर पूड़े गुलगुले मठियां पकौड़े इह जिहड़े आम पिंडां दे विच बनाए जांदे नेगे। इह जिहड़ा मीह वाला जिहड़ा रेनी मौसम हुंदा हैगा, मानसून दा मौसम आ जिहड़ा, इस तरह ही सैलीब्रेट किया जाता पंजाब दे विच। जिहड़ा इन्हां नूं गुलगुलियां नूं बनाउणा ते खीर पूड़े बनाउणा शुभ मन्निया जांदा, सौण नूं सैलीब्रेट गुलगुले पूड़े पका के करिया जांदा हैगा। तुहानूं पूड़े ते खीर पूड़े आपां पहले ही बना के दिखा चुके आंगे, अज्ज आपां गुलगुले ते पकौड़े बनावांगे। ਮੇਰਾ ਜਦੋਂ ਖਾਓ ਵੀ ਨਹੀਂ ਕਰਦਾ। ਬੇਬੇ ਆਪਣੇ ਦੂਜੀ ਜੋੜ ਬਣਾਉਂਦੀ ਹੁੰਦੀ ਸੀ ਕਿਵੇਂ, ਉਹ ਤਾਂ ਐ ਭਰ ਕੇ ਬੀਬੀ ਵੀ ਰਾਜੀ ਆਈ ਉਹਨਾਂ ਹੁੰਦੇ, ਪਰ ਐ ਜਿਹਾ ਤੁੰਗਣ ਨਾ ਪਾਉਂਦੀ। ਜਿਹੜੇ ਆਪਾਂ ਗੁਲਗਲੇ ਜਾਂ ਖੀਰ ਪੂੜੇ ਬਣਦੇ ਨੇ ਸੌਣ ਦੇ ਮਹੀਨੇ ਵਿੱਚ, ਇਹਨੂੰ ਖੁਸ਼ੀ ਦਾ ਪ੍ਰਤੀਕ ਮੰਨਿਆ ਜਾਂਦਾ। ਜਿੱਥੇ ਵੀ ਪਰਮਾਤਮਾ ਨੇ ਖੁਸ਼ੀਆਂ ਬਖਸ਼ੀਆਂ ਨੇ ਉੱਥੇ ਇਹ ਜਿਹੜੇ ਗੁਲਗਲੇ ਨੇ ਜਾਂ ਖੀਰ ਪੂੜੇ ਬਣਦੀ ਬਣਦੇ ਨੇਗੇ, ਜਿਨ੍ਹਾਂ ਘਰਾਂ ਵਿੱਚ ਵੀ ਸੁੱਖ ਦਾ ਵਾਸ ਹੈਗਾ। ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਇਸ ਤਰ੍ਹਾਂ ਹੀ ਸੁੱਖ ਸ਼ਾਂਤੀ ਰੱਖੇ ਘਰਾਂ ਦੇ ਵਿੱਚ, ਸੁੱਖ ਸ਼ਾਂਤੀ ਰਹੇ ਅਤੇ ਗੁਲਗਲੇ ਦੇ ਖੀਰ ਪੂੜੇ ਬਣਦੇ ਰਹਿਣ, ਵੀਰ ਸੰਧਾਰਾ ਲੈ ਕੇ ਆਉਂਦੇ ਰਹਿਣ, ਭੈਣਾਂ ਪੇਕਿਆਂ ਦੇ ਨਾਲ ਵਰਤਦੀਆਂ ਰਹਿਣ। ਫਰੈਂਡਸ ਫਿਰ ਮੀਂਹ ਆ ਗਿਆ, ਬਬਲੀ ਬੋਲ ਮਾਰ ਕੇ ਲਿਆ ਭੈਣ ਨੂੰ ਕਿ ਕੱਪੜੇ ਲਾ ਲਿਆ, ਆਹੋ ਕੱਪੜੇ ਭਿੱਜ ਜਾਣਗੇ, ਖਬਰਾਂ ਤੇਰਾ ਤਾਂ ਹੱਟ ਗਿਆ ਹੈ, ਹੱਟ ਗਿਆ ਮਨ ਵੀ ਨਹੀਂ ਲੱਗਦਾ। चलो हट गया, थोड़ा जा बदल आके घट गया मीं तां, चल सर गया फिर सुक जान दे।
ਬਸ ਤਾਂ ਫਰੈਂਡਸ ਜਿਹੜੇ ਆਪਾਂ ਗੁਲਗੁਲੇ ਪਕਾ ਰਹੇ ਇਹ ਸਰ੍ਹੋਂ ਦੇ ਤੇਲ ਦੇ ਵਿੱਚ ਬਣਾ ਰਹੇ ਇਹ ਜ਼ਿਆਦਾਤਰ ਨੇ ਜਿਹੜੇ ਗੁਲਗੁਲੇ ਸਰ੍ਹੋਂ ਦੇ ਤੇਲ ਵਿੱਚ ਹੀ ਬਣਾਏ ਜਾਂਦੇ ਨੇ ਇਹ ਸਰ੍ਹੋਂ ਦੇ ਤੇਲ ਵਿੱਚ ਹੀ ਜ਼ਿਆਦਾ ਬਣੇ ਹੋਏ ਟੇਸਟੀ ਲੱਗਦੇ ਨੇਗੇ ਮੰਮੀ ਇੱਕ ਤਾਂ ਦੂਜੇ ਲੋਟ ਵੀ ਪਕਾ ਦੇ ਆਪਾਂ ਕਿਹੜਾ ਜਿਹੜੇ ਬੁੜੀਆਂ ਪਾਉਣ ਮੁੱਠੀ ਅੱਛਾ ਫਰੈਂਡਸ ਜਿਹੜੇ ਆਪਾਂ ਗੁਲਗੁਲੇ ਪਕਾਏ ਨੇ ਇਹ ਇਸ ਤਰ੍ਹਾਂ ਥੋੜ੍ਹੇ ਜਿਹੇ ਆਪਾਂ ਮੱਠੀ ਟਾਈਪ ਪਕਾਏ ਸੀ ਹੁਣ ਤੁਹਾਨੂੰ ਮੰਮੀ ਦੂਜੇ ਲੋਟ ਤਰ੍ਹਾਂ ਵੀ ਪਕਾ ਕੇ ਦਿਖਾਉਣਗੇ ਕਈ ਜਿਹੜੇ ਲੋਕ ਨੇ ਉਹ ਦੂਸਰੇ ਤਰ੍ਹਾਂ ਪਕਾਉਂਦੇ ਨੇ ਮੁੱਠੀ ਬੰਦ ਕਰਕੇ ਇਹ ਇਸ ਤਰ੍ਹਾਂ ਮਾੜੀ ਵੱਡੇ ਉਹ ਆਟਾ ਵੱਧ ਗਿਆ ਮੇਰਾ ਇਹ ਗੁਲਗੁਲੇ ਇਸ ਤਰ੍ਹਾਂ ਵੀ ਬਣ ਜਾਂਦੇ ਨੇ ਜਿਸ ਤਰ੍ਹਾਂ ਇਹ ਮੰਮੀ ਬਣਾ ਰਹੇ ਨੇ ਹੁਣ ਕਈ ਜਿਹੜੇ ਮੇਰੀਆਂ ਭੈਣਾਂ ਨੇ ਉਹ ਇਸ ਤਰ੍ਹਾਂ ਵੀ ਪਕਾਉਂਦੀਆਂ ਨੇ ਇਕੱਠੇ ਕਰਕੇ ਆਟੇ ਨੂੰ ਇਹ ਦੋਹੇ ਤਰ੍ਹਾਂ ਨਾਲ ਬਣਾਏ ਜਾਂਦੇ ਨੇ ਜਿਹੜੇ ਇਸ ਤਰ੍ਹਾਂ ਇਕੱਠਿਆ ਜਿਹਾ ਕਰਕੇ ਆਟਾ ਬਣਾਉਂਦੇ ਨੇ ਉਹ ਥੋੜ੍ਹਾ ਜਿਹੜਾ ਆਟਾ ਜ਼ਿਆਦਾ ਢਿੱਲਾ ਰੱਖਿਆ ਜਾਂਦਾ ਮਤਲਬ ਕਿ ਪਤਲਾ ਰੱਖਿਆ ਜਾਂਦਾ ਹੈਗਾ ਉਹ ਫਿਰ ਗੁਲਗੁਲੇ ਬਣਦੇ ਨੇ ਇਸ ਤਰ੍ਹਾਂ ਫਰੈਂਡ ਸਾਹਿਬ ਦੇਖੋ ਇਸ ਤਰ੍ਹਾਂ ਵੀ ਆਪਾਂ ਇਹਨਾਂ ਨੂੰ ਪਕਾ ਸਕਦੇ ਹਾਂ ਇਹ ਥੋੜ੍ਹੇ ਜਿਹੇ ਸਾਈਜ਼ 'ਚ ਛੋਟੇ ਬਣੇ ਨੇ ਇਹਨਾਂ ਸਾਈਜ਼ ਐਡਾ ਕਾ ਜਿਸ ਤਰ੍ਹਾਂ ਗੁਲਾਬ ਜਾਮਣ ਹੁੰਦੀ ਹੈ ਇੱਧਰ ਜਿਹੜੇ ਆਪਣੇ ਗੁਲਗੁਲੇ ਨੇ ਆਲਮੋਸਟ ਪੱਕਣ ਵਾਲੇ ਨੇ ਥੋੜ੍ਹੇ ਜਿਹੇ ਰਹਿ ਗਏ ਹੁਣ ਆਪਾਂ ਜਿਹੜੀ ਪਕੌੜਿਆਂ ਦੀ ਤਿਆਰੀ ਕਰਨੀ ਹੈ ਇਹ ਆਪਾਂ ਆਲੂ ਇਹਨਾਂ ਨੂੰ ਚੰਗੀ ਤਰ੍ਹਾਂ ਇਹਦਾ ਛਿਲਕਾ ਉਤਾਰ ਕੇ ਧੋ ਲਿਆ ਇਹ ਥੋੜ੍ਹੇ ਜਿਹੇ ਵਿੱਚ ਆਪਾਂ ਪਿਆਜ਼ ਨੇ ਇਹਨਾਂ ਨੂੰ ਵੀ ਜਿਹੜਾ ਛਿਲਕਾ ਉਤਾਰ ਕੇ ਧੋ ਲਿਆ ਹੁਣ ਆਪਾਂ ਇਹਨਾਂ ਨੂੰ ਕੱਟਾਂਗੇ ਪਕੌੜਿਆਂ ਦੀ ਤਿਆਰੀ ਕਰਾਂਗੇ ਇਹ ਤੁਸਕ ਦੇ ਵਿੱਚ ਮੈਂ ਪਹਿਲਾਂ ਆਲੂ ਪਾ ਲੂੰਗੀ ਮਿਰਚ ਘੱਟ ਹੋਵੇ ਬੋਲੀ ਨਾਲ ਹੀ ਆਪਾਂ ਪਿਆਜ਼ ਪਾ ਲਾਂਗੇ ਜਿਹੜੇ ਕੱਟੇ ਹੋਏ ਨੇ ਇਹ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਹੀ ਪਕੌੜੇ ਬਣਾਏ ਜਾਂਦੇ ਨੇ ਆਲੂ ਪਿਆਜ਼ ਇਕੱਠੀ ਪਾ ਕੇ ਹੁਣ ਆਪਾਂ ਇਹਦੇ ਸਾਰੇ ਮਸਾਲੇ ਪਾਵਾਂਗੇ ਇਹ ਹੈਗੀ ਹੈ ਹਲਦੀ ਗਰਮ ਮਸਾਲਾ ਲਾਲ ਮਿਰਚ ਨਮਕ ਅਤੇ ਜੀਰਾ ਇਹ ਮੇਰੇ ਕੋਲ ਥੋੜ੍ਹੀ ਜਿਹੀ ਕਸੂਰੀ ਮੇਥੀ ਹੈ ਇਹਨੂੰ ਵੀ ਆਪਾਂ ਪਾ ਦਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਹੁਣ ਆਪਾਂ ਜਿਹੜਾ ਸਾਡਾ ਇਹਦੇ ਵਿੱਚ ਆਪਾਂ ਮਸਾਲੇ ਪਾਏ ਨੇ ਉਹ ਚੰਗੀ ਤਰ੍ਹਾਂ ਆਪਾਂ ਆਲੂਆਂ ਦੇ ਨਾਲ ਲਾ ਲਾਂਗੇ ਇਹ ਆਪਾਂ ਸਾਰੇ ਮਸਾਲੇ ਦੇ ਵਿੱਚ ਮਿਕਸ ਕਰ ਲਏ ਨੇ ਹੁਣ ਆਪਾਂ ਇਹਦੇ ਵਿੱਚ ਬੇਸਣ ਪਾਵਾਂਗੇ ਇਹਨੂੰ ਵੀ ਚੰਗੀ ਤਰ੍ਹਾਂ ਰਲਾ ਲਾਂਗੇ ਮੰਮੀ ਪਾਣੀ ਪਾਵਾਂਗੇ ਥੋੜ੍ਹਾ ਹੀ ਲਗਾ ਥੋੜ੍ਹਾ ਹੀ ਪਾਉਂਦਾ ਪਾਣੀ ਇਹ ਜਿਹੜਾ ਸਾਰਾ ਬੇਸਣ ਸੀ ਮੈਂ ਇਹਦੇ ਨਾਲ ਚੰਗੀ ਤਰ੍ਹਾਂ ਰਲਾ ਲਿਆ ਹੁਣ ਆਪਾਂ ਥੋੜ੍ਹਾ ਥੋੜ੍ਹਾ ਪਾ ਕੇ ਇਹਦਾ ਆਟਾ ਗੁੰਨਾਂਗੇ ਇਹ ਜਿਹੜਾ ਆਪਾਂ ਆਟਾ ਗੁੰਨਾਂਗੇ ਸਖ਼ਤ ਗੁੰਨਾਂਗੇ
ਕਿਉਂਕਿ ਬਾਅਦ ਵਿੱਚ ਇਹ ਜਦੋਂ ਪਿਆ ਰਹਿੰਦਾ ਇਹ ਥੋੜ੍ਹਾ ਜਿਹਾ ਢਿੱਲਾ ਹੋ ਜਾਂਦਾ ਕਾ ਸਾਡੇ ਜਦੋਂ ਆਪਾਂ ਪਕੌੜੇ ਬਣਾਉਣ ਲੱਗਦੇ ਹਾਂ ਇਹ ਪਕਾਉਂਦੇ ਪਕਾਉਂਦੇ ਜਿਹੜਾ ਢਿੱਲਾ ਹੋ ਜਾਂਦਾ ਫਰੈਂਡਸ। ਇਹ ਆਪਣੇ ਗੁਲਗੁਲੇ ਸਾਰੇ ਪੱਕ ਗਏ ਨੇ, ਹੁਣ ਆਪਾਂ ਇਹ ਪਕੌੜੇ ਬਣਾ ਰਹੇ ਹਾਂ। ਚੰਗੀ ਤਰ੍ਹਾਂ ਗੋਲਡਨ ਬਰਾਊਨ ਹੋ ਗਿਆ, ਉਦੋਂ ਕੱਢ ਲਾਂਗੇ। ਇਹਦੇ ਵਿੱਚ ਆਪਾਂ ਜਿਹੜਾ ਕਲਰ ਆ ਉਹ ਨਹੀਂ ਪਾਇਆ, ਹਲਦੀ ਦਾ ਹੀ ਰੰਗ ਹੈ। ਜੇ ਤੁਸੀਂ ਪਾਉਣਾ ਲੱਡੂਆਂ ਜਾਂ ਜਲੇਬੀਆਂ ਵਾਲਾ ਰੰਗ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ, ਪਰ ਨੋਰਮਲ ਜਿਹਦੇ ਘਰਾਂ ਵਿੱਚ ਬਣਦੇ ਨੇ ਇਸ ਤਰ੍ਹਾਂ ਬਿਨਾਂ ਰੰਗ ਤੋਂ ਹੀ ਬਣਦੇ ਨੇ। ਸਿਰਫ ਜਿਹੜਾ ਇਹਨੂੰ ਰੰਗ ਦੇਣ ਵਾਸਤੇ ਹਲਦੀ ਵਰਤੀ ਜਾਂਦੀ ਆ, ਮੈਂ ਇੱਕ ਚਮਚ ਭਰ ਕੇ ਹਲਦੀ ਦਾ ਪਾਇਆ ਸੀ ਇਹ 'ਚ। ਉਹ ਤੇਲ ਆਪਣਾ ਨਾ ਗਰਮ ਹੋ ਗਿਆ ਸੀ ਪਿਆ ਪਿਆ। ਹਾਂ ਭਾਈ ਤਾਂ ਹੀ ਬਣਾਈ ਲੈ। ਫਰੈਂਡਸ ਜਿਹੜੇ ਇਹ ਪਕੌੜੇ ਨੇ ਆਪਾਂ ਜਦੋਂ ਚੁੱਲ੍ਹੇ 'ਤੇ ਬਣਾਉਣੇ ਬਹੁਤ ਜ਼ਿਆਦਾ ਕ੍ਰਿਸਪੀ ਬਣਦੇ ਨੇ। ਗੈਸ 'ਤੇ ਜਿਹੜਾ ਗੈਸ ਦਾ ਫਲੇਮ ਇੰਨਾ ਤੇਜ਼ ਨਹੀਂ ਹੁੰਦਾ, ਉੱਥੇ ਗੈਸ 'ਤੇ ਇੰਨੇ ਕ੍ਰਿਸਪੀ ਨਹੀਂ ਬਣਦੇ। ਜੇ ਤੁਸੀਂ ਇਹਨੂੰ ਪਕੌੜੇ ਬਣਾਉਣਾ ਚਾਹੁੰਦੇ ਹੋ ਤਾਂ ਚੁੱਲ੍ਹੇ 'ਤੇ ਜ਼ਰੂਰ ਟਰਾਈ ਕਰਿਓ, ਇਹਨੂੰ ਬਹੁਤ ਜ਼ਿਆਦਾ ਕ੍ਰਿਸਪੀ ਬਣਦੇ ਨੇ ਚੁੱਲ੍ਹੇ 'ਤੇ। ਫਰੈਂਡਸ ਇਹ ਬੱਚੇ ਨੇ ਜਿਹੜੇ ਮੇਰੇ ਕੋਲ ਬੈਠ ਕੇ ਪਕੌੜੇ ਖਾ ਰਹੇ ਨੇ, ਇਹ ਤੋਂ ਬਾਅਦ ਇਹ ਕੁੜੀਆਂ ਪਕੌੜੇ ਖਾ ਕੇ ਸਲਵਾਰ ਸੂਟ ਪਾ ਕੇ ਤੀਆਂ ਵਿੱਚ ਜਾਣਗੀਆਂ, ਪੰਜਾਬੀ ਪਹਿਰਾਵਾ ਪਾ ਕੇ ਉੱਥੇ ਜਾ ਕੇ ਇਹ ਨੱਚਣਗੀਆਂ। ਤੁਸੀਂ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਸੱਭਿਆਚਾਰ ਦੇ ਨਾਲ ਜੋੜੋ, ਪੰਜਾਬੀ ਕਲਚਰ ਦੇ ਨਾਲ ਜੋੜੋ। ਅੱਜ ਦੀ ਵੀਡੀਓ ਵਿੱਚ ਇੰਨਾ ਹੀ, ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਨਾਲ ਹੋਰ ਕੋਈ ਨਵਾਂ ਪੰਜਾਬੀ ਰੰਗ ਲੈ ਕੇ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਮੇਰਾ ਵਸਦਾ ਰਹੇ ਪੰਜਾਬ, ਜੈ ਜਵਾਨ ਜੈ ਕਿਸਾਨ।